Please subscribe our channel for latest updates. ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਦਿੱਤੇ ਗਏ ਬਿਆਨ ਤੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਬੋਲੇ। ਉਹਨਾਂ ਨੇ ਮੋਦੀ ਤੇ ਪਲਟਵਾਰ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਬੌਖਲਾ ਗਏ ਨੇ ਅਤੇ ਬੌਖਲਾਹਟ ਵਿੱਚ ਆ ਕੇ ਇਸ ਤਰ੍ਹਾਂ ਦੇ ਬਿਆਨ ਲੈ ਰਹੇ ਨੇ। ਉਹਨਾਂ ਨੂੰ ਆਪਣੇ ਬਿਆਨ ਵਾਪਸ ਲੈਣੇ ਚਾਹੀਦੇ ਨੇ। ਉਹਨਾਂ ਨੇ ਕਿਹਾ ਕਿ ਮੋਦੀ ਨੂੰ ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼ ਨੇ ਰਿਜੈਕਟ ਕੀਤਾ ਅਤੇ ਮੋਦੀ ਨੇ ਲੋਕਾਂ ਨੂੰ ਕਿਹਾ ਸੀ ਕਿ 25 ਲੱਖ ਰੁਪਏ ਤੁਹਾਡੇ ਖਾਤਿਆਂ ਵਿੱਚ ਆ ਜਾਣਗੇ, ਉਹ ਤਾਂ ਆਏ ਨਹੀਂ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੋਦੀ ਜਹਾਜ਼ਾਂ ਦੀ ਸੈਰ ਕਰਦੇ ਰਹਿੰਦੇ ਨੇ, ਹੁਣ ਜਲਦੀ ਹੀ ਮੋਦੀ ਜਹਾਜ਼ ਵਿੱਚੋਂ ਉਤਰਨ ਵਾਲੇ ਨੇ। ਜੂਨ ਮਹੀਨੇ ਕੇ ਬਾਅਦ ਕਾਂਗਰਸ ਕੇ ਲਈ ਇੱਕ ਸਪੈਸੀਮੈਨ ਐਸੀ ਕਾਂਗਰਸ ਥੀ ਯਾ ਕਾਂਗਰਸ ਮੇਂ ਵੀ ਮੁੱਖ ਮੰਤਰੀ ਹੋਤੇ ਥੇ, ਕਿਸੀ ਜ਼ਮਾਨੇ ਮੇਂ ਹਮ ਵੀ ਰਾਜ ਕਰਤੇ ਥੇ, ਆਖਿਰਕਾਰ ਵੋ ਸਪੈਸੀਮੈਨ ਹੀ ਬਚਾਨੇ ਪੜਤੇ ਹੈ। तो मैंने कहा पूरी कांग्रेस के लिए आप ऐसे स्पेसिमेन बनाएंगी बन जाएंगे कि आपको पूरी कांग्रेस कंधे में लेकर के नाचेगी। देखो हमारे पास एक मुख्यमंत्री है, एक मुख्यमंत्री है। मैंने कहा था कि आप नॉर्थ ईस्ट में समाप्त हो जाओगे, आप कर्नाटक में भी समाप्त हो जाओगे, और पंजाब तो न ये उनको अपना मानते हैं न वो इनको अपना मानते हैं। ਉਹ ਸੁਤੰਤਰ ਫੌਜੀ ਹੈ। ਮੈਂ ਇਹ ਕਹਿਣਾ ਚਾਹੁੰਦਾ ਕਿ ਮੋਦੀ ਸਾਹਿਬ ਨੇ ਇੱਕ ਐਸਾ ਬਿਆਨ ਦੇ ਕੇ ਬੁਖੜਾ ਕੇ ਕੈਪਟਨ ਸਾਹਿਬ ਦੇ ਖਿਲਾਫ ਜੋ ਬਿਆਨ ਦਿੱਤਾ ਹੈ, ਜੋ ਉਹਨਾਂ ਨੇ ਕਿਹਾ ਕਿ ਆਜ਼ਾਦ ਘੋੜਾ ਹੈ, ਉਹਨਾਂ ਨੇ ਪ੍ਰਧਾਨ ਮੰਤਰੀ ਦੇ ਕੱਦ 'ਤੇ ਪ੍ਰਸ਼ਨ ਚਿੰਨ੍ਹ ਲਾਤਾ। ਪ੍ਰਧਾਨ ਮੰਤਰੀ ਇੱਕ ਲੀਡਰ ਨੂੰ ਇੱਦਾਂ ਕਹੇ ਇਹ ਸ਼ੋਭਾ ਨਹੀਂ ਦਿੰਦੀ। ਔਰ ਮੈਂ ਪਹਿਲਾਂ ਵੀ ਕਿਹਾ ਹੈ ਕਿ ਮੋਦੀ ਸਾਹਿਬ ਇਸ ਆਪਣੇ ਬਿਆਨ 'ਤੇ ਗੌਰ ਕਰਕੇ ਦੁਬਾਰਾ ਬਿਆਨ ਦੇਣ, ਵੀ ਆਹ ਜਿਹੜਾ ਮੈਂ ਬਿਆਨ ਦਿੱਤਾ ਪ੍ਰਧਾਨ ਮੰਤਰੀ ਤੌਰ 'ਤੇ ਨਹੀਂ, ਮੈਂ ਜਦੋਂ ਪਹਿਲਾਂ ਮੋਦੀ ਹੁੰਦਾ ਸੀ, ਜਦੋਂ ਕਿਤੇ ਦੰਗੇ ਦੁੰਗੇ ਉਹਦੀ ਉਹੋ ਜਿਹਾ ਮੋਦੀ ਆ ਉਦੋਂ ਦਾ ਬਿਆਨ ਦਿੱਤਾ ਹੈ। ਔਰ ਮੈਂ ਇਹ ਵੀ ਕਹਿਣਾ ਚਾਹੁੰਦਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਕਾਂਗਰਸ ਪਾਰਟੀ ਦੇ ਵਫ਼ਾਦਾਰ ਸਿਪਾਹੀ ਨੇ। ਰਾਹੁਲ ਗਾਂਧੀ ਸਾਡੇ ਹਿੰਦੁਸਤਾਨ ਕਾਂਗਰਸ ਦੇ ਪ੍ਰਧਾਨ ਨੇ। ਸੋਨੀਆ ਗਾਂਧੀ ਜੀ ਜਿਹੜੇ 20 ਸਾਲ ਤੱਕ ਕਾਂਗਰਸ ਪਾਰਟੀ ਦੀ ਚਲਾ ਕੇ ਪ੍ਰਧਾਨਗੀ ਕੀਤੀ ਔਰ 10 ਸਾਲ ਤੱਕ ਦੇਸ਼ ਨੂੰ ਸਰਕਾਰ ਦਿੱਤੀ, ਮਜ਼ਬੂਤ ਕੀਤਾ ਪਾਰਟੀ ਨੂੰ, ਸਰਪ੍ਰਸਤ ਨੇ। ਔਰ ਕੈਪਟਨ ਸਾਹਿਬ ਨੂੰ ਉਹਨਾਂ ਦਾ ਪੂਰਾ ਥਾਪੜਾ ਔਰ ਕੈਪਟਨ ਸਾਹਿਬ ਉਹਨਾਂ ਦੇ ਵਿਸ਼ਵਾਸ ਪਾਤਰ ਨੇ। ਔਰ ਰਾਹੁਲ ਗਾਂਧੀ ਜੀ ਨੂੰ, ਸੋਨੀਆ ਗਾਂਧੀ ਜੀ ਨੂੰ ਕੈਪਟਨ ਸਾਹਿਬ 'ਤੇ ਪੂਰਾ ਵਿਸ਼ਵਾਸ ਹੈ। ਔਰ ਮੈਨੂੰ ਲੱਗਦਾ ਕਿ ਮੋਦੀ ਸਾਹਿਬ ਬਖਲਾ ਗਏ ਨੇ। ਮੋਦੀ ਸਾਹਿਬ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਤੁਹਾਨੂੰ ਰਿਜੈਕਟ ਕਰਤਾ ਪੰਜਾਬ ਨੇ, ਤੁਹਾਨੂੰ ਰਿਜੈਕਟ ਕਰਤਾ ਰਾਜਸਥਾਨ ਨੇ, ਤੁਹਾਨੂੰ ਰਿਜੈਕਟ ਕਰਦਾ ਮੱਧ ਪ੍ਰਦੇਸ਼ ਨੇ ਜਿੱਥੇ ਤੁਹਾਡੀਆਂ ਸਰਕਾਰਾਂ ਨੇ। ਛੱਜ ਤਾਂ ਬੋਲੇ, ਛਾਰਨੀ ਕੀ ਬੋਲੇ, ਆਹ ਇੱਕ ਜਿਹੜੀ ਜਿੱਥੇ ਕਾਮਰੇਡ ਨੇ 25 ਸਾਲ ਰਾਜ ਕੀਤਾ ਉਹਨਾਂ ਨੇ, ਉਹਨਾਂ ਦੇ ਲੋਕਾਂ ਨੇ ਗੁੱਸਾ ਕੱਢਿਆ, ਤੁਹਾਨੂੰ ਵੋਟ ਨਹੀਂ ਪਾਈ। ਇਸ ਕਰਕੇ ਤਿਆਰ ਹੋ ਜਾਓ, ਕੋਈ ਕਸਰ ਬਾਕੀ ਨਾ ਛੱਡਿਓ। ਦੁਬਾਰਾ ਕੋਈ ਨਾਰਾ ਲੱਭੋ, ਭਾਈਓ ਬਹਿਨੋ, 25-25 ਲੱਖ ਆਪਕੇ ਖਾਤੇ ਮੇਂ ਆਏਗੇ, ਹੁਣ ਕੀ ਕਹੋਗੇ, ਉਹ ਤਾਂ ਦਿੱਤਾ ਨਹੀਂ। ਔਰ ਤਿਆਰ ਹੋ ਜਾਓ, ਜਹਾਜ਼ਾਂ 'ਤੇ ਚੜ੍ਹਦੇ ਰਹੇ ਹੋ, ਜਹਾਜ਼ ਤੋਂ ਉਤਰਨ ਵਾਲੇ ਹੀ ਹੋ ਤੁਸੀਂ। ਨਾਭਾ ਤੋਂ ਭੁਪਿੰਦਰ ਸਿੰਘ ਦੀ ਰਿਪੋਰਟ, ਚੈਨਲ ਪੰਜਾਬ ਨਿਊਜ਼।